ਕੀ ਕਹਿ ਕੇ ਤੁਹਾਨੂੰ ਲਗਿਆ ਗਿਆ ਉੱਥੇ ਕੀ ਹੋਇਆ ਤੁਹਾਡੇ ਨਾਲ? ਇੱਥੋਂ ਪਾਰਲਰ ਦਾ ਕੰਮ ਕਹਿ ਕੇ ਗਏ, ਅੱਛਾ ਮਾਸਕਟ ਜੀ, ਦੇ ਵਿੱਚ ਲੈ ਕੇ ਗਏ ਤੇ ਉਹ ਮਾਨ ਚ ਲੈ ਗਏ ਉੱਥੋਂ। ਹਾਂਜੀ, ਫਿਰ ਉੱਥੇ ਕੀ ਤਸ਼ੱਦਦ ਹੋਇਆ? ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ, ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ। ਪਾਰਲਰ ਦੇ ਕੰਮ ਤੇ ਨਹੀਂ ਭੇਜਦੇ, ਉਹ ਘਰ ਦੇ ਕੰਮ ਚ ਭੇਜਿਆ ਤੇ ਮੈਂ ਘਰ ਦੇ ਕੰਮ ਚ ਨਹੀਂ ਗਈ। ਗਈ 5 ਘੰਟੇ ਲਈ ਗਈ, ਫਿਰ ਮੈਂ ਵਾਪਸ ਆ ਗਈ ਵੀ ਮੈਂ ਇੱਥੇ ਨਹੀਂ ਰਹਿਣਾ, ਵੀ ਮੈਂ ਪਾਰਲਰ ਦੇ ਕੰਮ ਚ ਜਾਣਾ। ਪਾਰਲਰ ਦੇ ਕੰਮ ਚ ਭੇਜੋ ਤੇ ਫਿਰ ਮੈਨੂੰ ਉਹਨੇ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ। ਤੇ ਉੱਥੇ ਮੈਨੂੰ ਨੈੱਟ ਵੀ ਨਹੀਂ ਸੀ ਦਿੰਦੇ, ਜਿੰਨਾ ਚਿਰ ਮੈਂ ਉੱਥੇ ਰਹੀ ਨਾ ਕੁਛ ਉਹਨੇ ਖਾਣ ਨੂੰ ਦਿੱਤਾ। ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਕੁੱਟਿਆ ਵੀ, ਕਹਿੰਦੇ ਤੂੰ ਵਾਪਸ ਕਿਉਂ ਆਈ? ਤੇ ਉਹ ਇੱਕ ਤਰ੍ਹਾਂ ਵੇਚਦੇ ਆ, ਕੰਮ ਲਈ ਭੇਜਦੇ ਆ ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ। ਉੱਥੇ ਤੁਹਾਡੇ ਨਾਲ ਕੁੱਟਮਾਰ ਹੋਈ ਸੀ? ਹਾਂਜੀ, ਕੁੱਟਮਾਰ ਹੋਈ ਕਿੰਨਾ ਚਿਰ ਤੁਸੀਂ ਉੱਥੇ ਗੁਜ਼ਾਰਿਆ? 2 ਮਹੀਨੇ। 3 ਮਹੀਨੇ? ਹਾਂਜੀ। ਜਦੋਂ ਤੁਸੀਂ ਕਿਹਾ ਕਿ ਪਾਰਲਰ ਦਾ ਕੰਮ ਮੈਂ ਨਹੀਂ ਕਰਨਾ, ਹਾਂਜੀ, ਉਸ ਤੋਂ ਬਾਅਦ ਕੀ ਹੋਇਆ? ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਤੇ ਅੰਦਰ ਹੀ ਬਸ ਅੰਦਰ ਹੀ ਕੁੰਡਾ ਲਾ ਕੇ ਅੰਦਰ ਹੀ ਰੱਖਿਆ, ਬਾਹਰ ਨਹੀਂ ਨਿਕਲ ਦਿੰਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ, ਪਾਣੀ ਵੀ ਨਹੀਂ ਦਿੰਦੇ ਸੀਗੇ। ਹਾਂਜੀ, ਤੁਹਾਨੂੰ ਕਿਹੜੇ ਵੀਜ਼ੇ ਭੇਜਿਆ ਉਹਨਾਂ ਨੇ? ਤੁਹਾਨੂੰ ਟੂਰਿਸਟ ਵੀਜ਼ੇ ਤੇ ਭੇਜਿਆ ਸੀ ਉਹਨੇ? ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂਰਿਸਟ ਵੀਜ਼ੇ ਤੇ ਜਾ ਰਹੇ ਹੋ? ਨਹੀਂ, ਜਾਣਕਾਰੀ ਨਹੀਂ ਸੀ। ਕੋਈ ਪਹਿਲ ਨਗਦੀ ਤੁਹਾਡੇ ਕੋਲ ਕੋਈ ਪੈਸੇ ਦਿੱਤੇ, ਰਕਮ ਦਿੱਤੀ ਕੋਈ? ਹਾਂਜੀ, ਪੈਸੇ ਦਿੱਤੇ ਹੋਏ ਸੀਗੇ। ਕਿੰਨੇ ਪੈਸੇ ਦੇ ਕੇ ਗਏ ਸੀ, ਕਿਹਦੇ ਥਰੂ ਗਏ ਸੀ? ਗੁਰਦੀਪ ਸਿੰਘ ਦੇ ਥਰੂ ਗਏ ਸੀ, 50,000 ਰੁਪਇਆ ਦਿੱਤਾ ਸੀਗਾ। ਕਿੱਥੋਂ ਦਾ ਰਹਿਣ ਵਾਲਾ ਗੁਰਦੀਪ? ਖੁਸਰਪੁਰ। ਹਾਂਜੀ, ਖੁਸਰਪੁਰ ਦਾ ਤੁਹਾਡੇ ਰਹਿਣ ਵਾਲਾ। ਸੰਪਰਕ ਚ ਪਹਿਲਾਂ ਸੀ ਕਿ ਕਿਸੇ ਨੇ ਕਰਾਇਆ ਤੁਹਾਡੇ ਨਾਲ ਗੱਲਬਾਤ? ਨਹੀਂ, ਕੁੜੀ ਸੀ ਮੇਰੀ ਫਰੈਂਡ ਜਿਹੜੀ ਇੱਧਰ ਬਾਹਰ ਆ ਮਾਸਕਟ ਚ, ਉਹਨੇ ਮੈਨੂੰ ਦੱਸਿਆ ਸੀ, ਉਹ ਕਹਿੰਦੀ ਸੀ ਇਹਦੇ ਕੋਲ ਜਾ ਕੇ ਫਿਰ ਉਹਨੇ ਭੇਜਿਆ ਸੀ ਮੈਨੂੰ ਉਹਨੇ। ਤੁਹਾਨੂੰ ਲੱਗਦਾ ਕਿ ਤੁਹਾਡੀ ਦੋਸਤ ਵੀ ਇਹ ਰਲੀ ਹੋਊਗੀ ਸਾਰੀ ਜਿਹੜੇ ਜਾ ਗਿਆ? ਹਾਂਜੀ, ਉਹਨੇ ਭੇਜਿਆ ਸੀ। ਕੋਈ ਹੋਰ ਲੜਕੇ ਵੀ ਫਸੇ ਹੋਏ ਆ ਉੱਥੇ? ਹਾਂਜੀ, ਹੋਰ ਵੀ ਉੱਥੇ। ਕੀ ਹਾਲਾਤ ਕੀ ਨੇ ਉੱਥੇ? ਉੱਥੋਂ ਦੇ ਹਾਲਾਤ ਬਹੁਤ ਮਾੜੇ ਆ। ਹਾਂਜੀ, ਕਿੰਨੀਆਂ ਕੁ ਲੜਕੀਆਂ ਹੋਰ ਹੋਣਗੀਆਂ ਤੁਹਾਡੇ ਨੂੰ ਉੱਥੇ ਫਸੀਆਂ ਇਦਾਂ? ਬਹੁਤ ਲੜਕੀਆਂ ਉੱਥੇ, ਕਈ ਘਰਾਂ ਚ ਫਸੀਆਂ ਆ, ਕਈ ਦਫ਼ਤਰਾਂ ਚ ਫਸੀਆਂ ਹੋਈਆਂ ਆ, ਬਹੁਤ ਲੜਕੀਆਂ ਉੱਥੇ। ਕਿਸੇ ਨਾਲ ਗੱਲਬਾਤ ਹੋਈ ਤੁਹਾਡੀ? ਨਹੀਂ, ਦੋ ਸੀਗੀਆਂ, ਇੱਕ ਨਾਲ ਸੀ ਮੇਰੇ। ਹਾਂਜੀ, ਦੇਖੋ ਉੱਥੇ ਕੁੜੀ ਸੀਗੀ ਇੱਕ ਪੰਜਾਬੀ ਜਿਹੜੀ ਉੱਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ, ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਵੀ ਇਦਾਂ ਹੀ ਕਰਦੀ ਸੀਗੀ। ਉਹਨੇ ਸੀ ਖਾਣ ਪੀਣ ਵੀ ਨਹੀਂ ਦਿੰਦੀ ਸੀਗੀ, ਉਹਨੂੰ ਮਨਾ ਕਰ ਦਿੰਦੇ ਸੀਗੇ ਵੀ ਨਹੀਂ ਇਹਨਾਂ ਨੂੰ ਦੇਣਾ ਕੁਛ ਵੀ, ਤੇ ਉਹ ਦਿੰਦੀ ਨਹੀਂ ਸੀਗੀ ਤੇ ਸਾਨੂੰ ਅੰਦਰ ਹੀ ਕਮਰੇ 'ਚ ਹੀ ਰੱਖਦੀ ਸੀ ਤੇ ਮਾਰਦੇ ਕੁੱਟਦੇ ਸੀਗੇ। ਤੇ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੰਪਰਕ 'ਚ ਕਿੱਦਾਂ ਆਏ? ਜਥੇਬੰਦੀ ਨੇ ਜਦੋਂ ਤੁਸੀਂ ਵਾਪਸ ਆਏ ਤਦੋਂ ਗੱਲ ਸੰਪਰਕ? ਮੇਰੇ ਉੱਥੇ ਜਿੱਦਾਂ ਅੰਕਲ ਹੋਣੀ ਸੀ ਉਹਨਾਂ ਨੇ ਸੰਪਰਕ ਕੀਤਾ ਸੀ ਮੈਂ ਉਹਨਾਂ ਨਾਲ ਤੇ ਉਹਨਾਂ ਨੇ ਦੱਸਿਆ। ਹਾਂਜੀ, ਉਹਨਾਂ ਦੇ ਨਾਲ ਆਏ। ਹੁਣ ਘਰ ਵਾਪਸ ਪਰਤੇ ਹੋ, ਕਿਵੇਂ ਮਹਿਸੂਸ ਕਰਦੇ ਹੋ? ਹੁਣ ਇੱਥੇ ਬੈਟਰ ਆ। ਹਾਂਜੀ, ਅਜੇ ਵੀ ਬਹੁਤ ਸਾਰੇ ਨੌਜਵਾਨ ਜਾਣਾ ਹਾਂਜੀ ਚਾਹੁੰਦੇ ਨੇ ਉੱਥੇ, ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ, ਕਿਵੇਂ ਜਾਣ, ਕੀ ਸਹੀ ਰਸਤਾ? ਕਿ ਉੱਥੇ ਨਾ ਹੀ ਜਾਣ, ਉੱਥੇ ਕੰਮ ਵੀ ਨਹੀਂ ਆ, ਕੁਛ ਵੀ ਨਹੀਂ ਉੱਥੇ, ਬਸ ਉੱਥੇ ਨਾ ਜਾਣ, ਇਹੀ ਤੋਂ ਜਾ ਕੇ ਕਹੂੰਗੀ। ਉੱਥੇ ਵੇਚ ਦਿੱਤਾ ਜਾਂਦਾ? ਹਾਂਜੀ, ਉੱਥੇ ਵੇਚ ਦਿੱਤਾ ਜਾਂਦਾ ਆ, ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ। ਜਦੋਂ ਵਾਪਸ ਆਉਣ ਲੱਗੇ ਕੋਈ ਪੈਸਾ ਨਹੀਂ ਮੰਗਦੀ ਕੀਤੀ ਜੀ ਤੁਹਾਡੇ ਕੋਲੋਂ ਉਹਨਾਂ ਨੂੰ? ਹਾਂਜੀ, ਤਿੰਨ ਕਿਵੇਂ ਲੱਖ ਗਈ? ਰੁਪਇਆ ਮੰਗਿਆ ਗਿਆ ਕਾਹਦਾ? ਵਾਪਸ ਭੇਜਣ ਦਾ। ਕੀ ਕਿਹਾ ਉਹਨਾਂ ਨੇ ਵੀ ਤੁਹਾਨੂੰ ਖਰੀਦਿਆ ਵਾ? ਹਾਂਜੀ।
ਸਰਕਾਰ ਤੋਂ ਅਪੀਲ ਕਰਨੀ ਚਾਹੁੰਦੇ ਹੋ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲਸਾਜ਼ੀ ਕਰਕੇ ਤੁਹਾਨੂੰ ਇੰਨੇ ਸੰਕਟ 'ਚ ਫਸਾਇਆ? ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦਵੋ, ਬਹੁਤ ਵੱਡੀ ਸਜ਼ਾ ਦਵੋ ਕਿ ਹੋਰ ਕੋਈ ਨਾ ਜਾਵੇ ਉੱਧਰ, ਕੋਈ ਵੀ ਨਾ ਜਾਵੇ ਉੱਧਰ।